पकड़ो दोस्तों, छुरी ये जी मशाला छुरी मादी फ्रंट ते लस पर पूरे हो गए सर, फ्रंट ते दिखानी ये जी मशाला छुरी उस्ताद असर चद्दर साहब दी छड़ दे जी उस्ताद जी, है केड़ा कबूतर है? मोमबत्ती है। अच्छा मोमबत्ती कबूतरी है, पहले साल दी पट्टी है, बच्चा पुटिया सी। अच्छा और इंशाल्लाह आने वाले वक्त दे विच छुरी दे नाल जड़ा ना वो इंदी पूरी सपोर्ट होएगी। लो जी है मोमबत्ती कबूतरी अजद भाई दी, कि कल इंदा घंटा इंदा नो ज्यादा है। अच्छा 64 तो ऊपर, यानी कि तीन फिरता ए उंदे तो ऊपर बैठी है, एक दो उंदे बाद बैठी है। दो पैणा ने जी? नहीं जी पैणा नहीं, ये होर ब्लडी चो, होर ब्लडी चो। सही क्या फर्क हो लो दोस्तों, असल वैसे कहने के पहले बार दी पट्ठी थी, मैं सब पुट के लैस की थी पट्ठी हले और जेठ से अगे विसाख से इंशाल्लाह छुरी दे नाल शाम शाम नु बैठा करेगी। हुण भी बैठी है जी, 7 बजे 7 कुछ आखरी फिरत जी भी 7 बजे। क्या बात, इधर फर्क ले एडा गुस्सा जी, माशाल्लाह छोड़ो आसिम भाई जेते जी, कड़ो सारे कबूतर कड़ो अपने 388 घंटे कुछ मिनट ने। अच्छा कितने टोटल एवरेज कितनी है 5 दिन दी? 388 घंटे बने ने जी कबूतर साडा व्याशी जेड़ा पंजाब दी एमपीएम सी। अच्छा ओ साहब आकड़िया रहया है क्योंकि ओ क्षेत्र दी बाजी उड़दा ओही फेर चैंपियन है ना। फाइनल दा गंदा प्लेयर सी, फाइनल दा गंदा प्लेयर ए सी के तीसरे दिन 10 मिनट उस्ताद गुल्ला साडे ते उपर सी, चोरी अदर करवाया 3 घंटे थल्ले सी, चैंपियनशिप सी ਉਹ ਮਾਚ ਉਹ 2 34 ਤੇ ਬਹਿ ਗਿਆ, 2 36 ਤੇ ਅੱਗੂ ਪਿਛਲੇ ਸਾਲ ਲਾਸ਼ ਪ੍ਰਵਾਸ ਦੇ ਵਿੱਚ ਆਸਮ ਗੁਜਰ ਸਾਹਿਬ ਸਨ ਉਹ 11 ਵਜੇ ਬਹਿ ਗਿਆ ਆਖਰੀ ਫਿਰਤ ਦੇ ਵਿੱਚ। ਹੁਣ ਫਿਰ ਅਸੀਂ ਚੈਂਪੀਅਨ ਹੁੰਦੇ ਸਾਂ ਸਾਰਿਆਂ ਕੱਪਾਂ 'ਚੋਂ ਅਤੇ ਉਹ ਸਾਹਿਬ ਰਿਆਕੜੇ ਰਹਿ ਗਏ ਨੇ, ਨਾ ਸੁਬਾਹ ਆਏ ਨੇ ਅਤੇ ਨਾ ਰਾਤੀ ਬੈਠੇ ਨੇ, ਸਾਹਮਣੇ ਖਲੋਤਾ ਰਿਹਾ ਇਹਦੇ ਨਾਲ ਸੀ ਮੋਮਬੱਤੀ ਦੇ। ਚੰਗਾ ਨਹੀਂ ਜਾਨ ਛੁੱਟ ਗਈ? ਨਹੀਂ ਜਾਨ ਤਾਂ ਨਹੀਂ ਛੁੱਟ ਗਈ, ਇੱਕ ਵਾਰੀ ਬਹਿ ਜਾਂਦਾ ਅੱਗੂ ਤਾਂ ਫਿਰ ਅਸੀਂ ਸੋਚ ਲਿਆ ਸੀ, ਬਹਰਲ ਚਲੋ ਜੋ ਨਸੀਬ ਰੱਖਿਆ ਸਾਡਾ ਬਿਲਕੁਲ ਜਿਵੇਂ ਅੱਲਾ ਪਾਕ ਕਰੇ, ਜੋ ਮਨਜ਼ੂਰ ਸੀ ਅੱਲਾ ਪਾਕ ਨੂੰ। ਸਾਰੇ ਕਬੂਤਰ ਸ਼ੋ ਕਰੋ ਜਿਹੜਾ ਟੀਮ ਉੜਦੀ ਰਹੀ ਹੈ ਜੀ, ਬਾਕੀ ਉੱਧਰ ਨੇ ਜੋੜਾ ਤੋੜ ਦਿੱਤਾ। ਨਹੀਂ ਯਾਰ ਆ ਵਿਦਿਆਰਥੀ ਯਾਰ। ਅੱਛਾ ਜੀ, ਵੈਸੇ ਉਹ ਮਾਸ਼ਾਅੱਲਾ 12-13 ਘੰਟੇ ਦਾ ਪਲੇਅਰ ਪੂਰਾ ਸੀ ਮੈਂ ਨਾ ਜੀ, ਉਹਦਾ ਵੀ ਇਹੀ ਰਿਕਾਰਡ ਸੀ। ਅੱਛਾ ਜੀ, 5 ਚੁੱਕਣਾ ਤੇ ਰਾਤ ਨੂੰ ਬੈਠਣਾ, ਜੋੜਾ ਤੋੜਦਾ ਇਸ ਤੋਂ ਜੋੜਾ ਤੋੜ ਦੀ ਟਾਈਮ ਤੇ ਲੈ ਕੇ ਚੱਲਣਾ। ਮੈਂ ਪਾਵਰ ਬੈਂਕ ਬੈਠ ਕੇ ਵੀ ਲੈ ਕੇ जी अजीत भाई, केड़े कबूतर दा शौक करा रहे हो? पठान है, पठान कबूतर है, आसम भाई दे घर दा पट्ठा है। अच्छा ठीक है, आसम भाई मैं छापा मारना पड़ा था डेल। छापा नहीं, बेसिकली कबूतर वो ही ने। अच्छा अच्छा, भाई को सारे कबूतर टैडी सन। अच्छा सारे, अच्छा प्योर सन, वो असी कुछ जेड़े ने कबूतर उधर पाए ने उधरों फिर लाल अखे कबूतर ल्यांदे ने। इंदा बाप जेड़ा मियां साहब दे घर दा टैडी ते मां जेड़ी है वो भाई आसम दे घर दी है। क्या बात, जोड़ा इंदियां भी 5 परवादा, एक दे ने 2.5 बैठा, 2.75 तो पार ही बैठा पठान। ए जी पठान कबूतर है मशल अजीत भाई दा, ਉੱਪਰ ਦੇਖੋ ਇਹ ਵੀ ਬੱਚਾ ਪੁੱਟਿਆ ਅਜੇ, ਚੇਤਰ ਬੈਕਅਪ ਸੀ, ਸਾਰੀ ਬੱਚੇ ਹੀ ਮੇਰੇ ਖਿਆਲ ਅੱਗੇ ਲੈ ਕੇ ਆਏ ਤੁਸੀਂ, ਹੁਣ ਹੀ ਤਾਂ ਮਜ਼ਾ ਆਇਆ ਸੀ, 4 ਜੋੜੇ ਬਣੇ ਨੇ। ਚਲੋ ਅੱਗੋਂ ਇਨਸ਼ਾਅੱਲਾ ਸ਼ੌਕ ਹੋ ਜਾਏਗਾ ਚੰਗਾ। ਵਾਲਿਕੁਮ ਅੱਛਾ, ਕ੍ਰਾਸ ਕੀਤੇ ਨੇ ਅੱਗੋਂ, ਹੁਣ ਮਾਸ਼ਾਅੱਲਾ ਸ਼ੌਕ ਚੰਗਾ ਹੋ ਜਾਏਗਾ ਦਿਨ ਭਰ। ਛੁਰੀ ਮਾਦੀ ਤੇ ਕਿਆ ਕਬੂਤਰ, ਪਾਣੀ ਪਿਛਲੇ ਸਾਲ
ਹੁਣ ਵੀ ਇੱਕ ਪ੍ਰਵਾਸ ਜਿਹੜੀ ਹੈ ਨਾ ਉਹ ਬੈਠਾ 2:30 ਵਜੇ ਵਰਨਾ ਸਾਰੀਆਂ 7:45 ਤੋਂ ਬਾਅਦ ਦੀਆਂ ਨੇ ਫਰਕ ਲੋ ਹਰ ਕਬੂਤਰ ਮਾਸ਼ਾਅੱਲਾ 12-13 ਘੰਟੇ ਦਾ ਮਾਲਿਕ ਹੈ ਦੇਖੋ ਦੋਸਤੋ ਦਾ ਵੀ ਮਾਸ਼ਾਅੱਲਾ ਐਂਡ ਵਾਲੇ ਪਰ ਦੇਖੋ ਕਿਸ ਤਰ੍ਹਾਂ ਮਾਸ਼ਾਅੱਲਾ ਹਾਕੀ ਬਣੀ ਪੂਰੇ ਪਰ ਘੰਟੀ ਰਾਹ ਜਿਹੜਾ ਘੰਟੀ ਕਬੂਤਰ ਘੰਟੀ ਬੰਨ ਕੇ ਜਾਂਦਾ ਸੀ ਜਿੱਥੇ ਪੂਰੇ 4 ਵਜਦੇ ਸਨ 3:30 ਨਿਕਲਣਾ 10 ਘੰਟੇ ਸਾਨੂੰ ਇਹ ਰੋਜ਼ ਦਿੱਤੇ ਨੇ ਮਾਸ਼ਾਅੱਲਾ ਇੱਕ ਦਿਨ 3:30 ਬੈਠਾ ਨਾ ਅਗਲੇ ਦਿਨ 4:30 ਪੈ ਗਿਆ ਜਿਧਰੋਂ ਆਇਆ ਕਬੂਤਰ ਉਧਰ ਸਾਰੀ ਗੱਲ ਦੱਸਿਆ ਗਿਆ ਸਾਡੇ ਘਰ ਦਾ ਨਹੀਂ ਸੀ ਕਿਥੋਂ ਆਇਆ ਉਹੀ ਗੱਲ ਕੀਤੀ ਹੈ ਬੜੀ ਅੱਛੀ ਗੱਲ ਹੈ ਆਸਮ ਭਾਈ ਮੇਰੇ ਵੱਲ ਜੋੜਾ 28 ਨੰਬਰ ਇਹ ਮਾਸ਼ਾਅੱਲਾ ਸਾਰੀਆਂ ਪ੍ਰਵਾਦਾਂ ਇਹਦੀਆਂ ਵੀ ਰਾਤ ਦੀਆਂ ਨੇ ਇੱਕ ਦਿਨ ਲੂਜ਼ ਬੈਠਾ 4th ਪ੍ਰਵਾਦ ਵਿੱਚ ਲੇਕਿਨ ਫਿਰ ਵੀ ਪਹਿਲਾ ਸਾਡਾ ਰਾਤ ਨੂੰ ਇਹੀ ਬਹਿੰਦਾ ਸੀ 6:30-6:30 ਜਿਸ ਟਾਈਮ ਵੀ ਨੇਰਾ ਹੁੰਦਾ ਪਹਿਲਾ 28 ਨੰਬਰ ਕਬੂਤਰ ਜਦੋਂ ਵੀ ਪ੍ਰਵਾਸੀ ਕਬੂਤਰ ਲੱਭੋ ਇਸ ਪਰ ਦੇ ਲੱਭਿਆ ਕਰੋ ਠੀਕ ਕਹਿ ਰਹੇ ਬਾਈ ਜੀ ਜੀ ਬਿਲਕੁਲ ਜ਼ਬਰਦਸਤ ਆਊਟ ਕਲਾਸ ਆਉਣ ਵਾਲੇ ਵਕਤ ਦਾ ਹੀਰੋ ਹੈ ਸਾਡਾ ਜੋ ਹੈ ਸੀ ਇਸ ਕੁੱਡੇ ਚ 4 ਕਬੂਤਰ ਰੱਖੇ ਨੇ ਮਾਸ਼ਾਅੱਲਾ ਤੇ ਲਾਸਟ ਚ ਕੋਈ ਪੈਗਾਮ ਮਸਜਿਦ ਭਾਈ ਦੇਣਾ ਚਾਹੋ ਓਵਰਆਲ ਪੈਗਾਮ ਇਹ ਹੀ ਜੀ ਜਿਹੜੇ ਸਾਡੇ ਨਾਲ ਮੁਹੱਬਤ ਕਰਦੇ ਨੇ ਉਹਨਾਂ ਨੂੰ ਲਵ ਯੂ ਤਕਰੀਬਨ ਬਹਿ ਗਿਆ ਨਹੀਂ ਜਾਂਦਾ ਕਿਤੇ ਬਹਿ ਗਿਆ ਮੇਰਾ ਹੋ ਗਿਆ ਕਿੰਨੇ ਦਿਨ ਬਾਅਦ ਵਾਪਿਸ ਆਇਆ ਜਨ ਭਾਈ 3 ਦਿਨ ਹੋ ਗਏ ਨੇ ਅਸੀਂ ਨਾ ਬੈਕਅਪ ਤੋਂ ਪੱਠੀਆਂ ਪੱਠੇ ਕੱਢਦੇ ਪਿਆ ਤੇ ਰੁੱਲ ਗਿਆ ਪੈਲੀਆਂ ਚ ਅੱਛਾ ਤੇ ਅੱਜ ਇਹਨੂੰ ਕੋ ਥੋੜਾ ਜਿਹਾ ਨਾ ਹੁਣ ਸੁਰਤ ਆਈ ਭੁੱਖ ਨੇ ਸਤਾਇਆ ਤੇ ਕਿਆ ਬਾਤ ਲੋ ਜੀ 3 ਦਿਨਾਂ ਬਾਅਦ ਵਾਪਸ ਆਇਆ ਉਹਦੀ ਕੰਡੀਸ਼ਨ ਵੀ ਦੇਖ ਰਹੇ ਹੋਗੇ ਤੁਸੀਂ ਬੱਚਾ ਅਜੇ 9 ਪਰਦਾ ਜੀ ਬੱਚਾ ਜੀ ਮਸਲਾ 9 ਪਰਦਾ ਅੱਜ ਹੁਣ ਬਹਿ ਗਿਆ ਹੁਣ ਨਹੀਂ ਜਾਏਗਾ ਕਿਤੇ ਜਾ ਫਿਰ ਕਿਤੇ ਅੱਗੇ ਵੀ ਕੋਨਾ ਜਾਣਾ ਸਵੇਰੇ ਵੀ ਰੋੜ ਲੈਂਦਾ ਤੇ ਇੱਥੇ ਕਿਹੜਾ ਕਿਤੇ ਫੜਨੇ ਨੇ ਕਬੂਤਰ ਪਾਇਆ ਕੀ ਹੋਇਆ ਬੈਠਾ ਨਹੀਂ ਨਹੀਂ ਜੀ ਸੁਬਹ ਆਇਆ ਓਵਰ ਟਾਈਮ ਆਇਆ ਲੇਟ ਹੋ ਗਿਆ ਸੀ ਟੋਟਲ ਮਾਸ਼ਾਅੱਲਾ ਇਤਨੇ ਕਿ ਤਾਦਾਦ ਇਹਨਾਂ ਕਬੂਤਰਾਂ ਦੀ ਜਿਹੜੀ ਅੱਗੋਂ 2024 ਜੇਠ ਖੇਲਣਾ ਇਹਨਾਂ ਨੇ ਬਾਹਰ ਚਲੇ ਜਾਓ ਬਾਹਰ ਚਲੇ ਜਾਓ ਆਸਮ ਵੀ ਬਾਹਰ ਆ ਜਾਓ ਇਹ ਜੀ ਮਾਸ਼ਾਅੱਲਾ ਟੋਟਲ ਸਾਰਾ ਬੈਕਅਪ ਸੀ ਹੋ ਰਿਹਾ ਸਾਡੇ ਰਾਤ ਦੇ ਮੁਤਾਬਕ ਕੇ ਟੋਟਲ ਅਗਰ ਮੈਂ ਪੈਗਾਮ ਦਿੱਤਾ ਸੀ ਨਾ ਕਿ ਮੇਰੇ ਨਾਲ 12 ਤਰੀਕ ਤੋਂ ਸ਼ੁਰੂ ਕਰ ਲੈਣ ਅਗਰ ਮੁਕਾਬਲਾ ਸ਼ੁਰੂ ਹੋ ਜਾਂਦਾ ਜੇ ਧਾਰ ਮੇਰੇ ਅੱਲਾ ਕੋਲੇ ਲੱਗ ਪਤੇ ਜਾਣ ਅਜ਼ਿਦ ਭਾਈ ਤੁਸੀਂ ਕਿੰਨੇ ਕਬੂਤਰ ਟੋਟਲ ਤਿਆਰੀ ਚ ਲਿਆਉਂਦੇ ਹੋ ਮੇਰੇ ਕੋਲ ਜੀ 100 ਕਬੂਤਰ ਹੈ ਪੂਰਾ ਅੱਛਾ 2026 ਵਾਸਤੇ 100 ਪੂਰਾ ਸਹੀ ਠੀਕ ਹੈ ਪਰ 100 ਮੈਨੂੰ ਬਹੁਤ ਜ਼ਿਆਦਾ ਨੇ
ਬਹੁਤ ਜ਼ਿਆਦਾ ਨੇ ਜਿਹੜਾ ਅਸੀਂ ਖੇਤਰ ਤੋਂ ਬੱਚੇ ਖੇਡਨੇ ਨੇ ਅਸੀਂ ਹੁਣ ਜੋੜੇ ਲਗਾਉਣੇ ਸਟਾਰਟ ਕਰ ਦਿੱਤੇ ਨੇ ਉਹਨਾਂ ਜੋੜਿਆਂ ਨਾਲ ਅਸੀਂ ਬੱਚੇ ਛੋੜ ਲੈਣੇ ਨੇ ਜਿਹੜੇ ਅਸੀਂ 200 ਬੱਚਾ ਛੋੜਨਾ ਆਪਣੀ ਛੱਤ ਤੇ ਉਹਨਾਂ ਨਾਲ ਅਸੀਂ ਖੇਡ ਲੈਣਾ ਚੇਤਰ ਉਹ ਜਿਹੜੇ ਚੇਤਰ ਵਾਲੇ ਨੇ ਉਹ ਸਾਡੇ 80 ਜੁੜ ਜਾਣਗੇ ਜਿਹੜਾ ਸਾਡੇ ਕੋਲ 100 ਹੈ ਉਹ ਵਿਸਾਖ ਜੇੜ ਕਰਨਗੇ ਕੀ ਬਾਤ 100 ਕਬੂਤਰ ਹੈ ਸਿਰਫ ਸਾਰਿਆਂ ਗੁੱਡਿਆਂ ਮੁਕੰਮਲ ਜਿਹੜਾ ਪੰਜੀ ਪੰਜੀ ਕਬੂਤਰ ਨੇ ਪੰਜ ਫੁੱਡੇ ਨੇ ਸਾਰਿਆਂ ਦੇ 80 ਜੇ ਕਿਤੇ ਨੇ ਕਬੂਤਰ ਖੁਰਾਕ ਕੇ ਖੁਰਾਕ ਚ ਲਾਏ ਸੀ ਮੈਂ 21 ਕਬੂਤਰ ਕੱਢੇ ਸਨ ਅੱਛਾ 21 ਚੋਂ 1,00,000 ਕਬੂਤਰ ਬੈਕਅਪ ਤੇ ਕਰ ਦਿੱਤਾ ਸੀ ਮੈਂ ਕਿਹਾ ਨਹੀਂ ਪੈਣਾ ਅੱਛਾ ਬਾਕੀ ਇੱਕ ਆਖਰੀ ਦਿਨ ਲੂਜ਼ ਹੋਇਆ ਬਾਕੀ ਤਕਰੀਬਨ 14 ਕਬੂਤਰ ਬੈਕਅਪ ਹੀ ਸਨ ਤੇ 6 ਬਾਜੀ ਹੋਏ ਠੀਕ ਹੋ ਗਿਆ ਲੋ ਜੀ ਮਾਸ਼ਾਅੱਲਾ ਇਹ ਨਰ ਨੇ ਉਹ ਲੱਗਣ ਗੀਆਂ ਸਾਡੇ ਕਬੂਤਰ ਦਾ ਸ਼ੌਕ ਇਹ ਕਿਹੜਾ ਕਬੂਤਰ ਹੈ ਜੀ ਉਹ ਵਾਲੇ ਵੇਖ ਇੱਕ ਕਬੂਤਰ ਨੇ ਥਾਣੇਦਾਰ ਥਾਣੇਦਾਰ ਕਬੂਤਰ ਮਿਸੇ ਨੇ ਮਿਸੇ ਥਾਣੇਦਾਰ ਪੱਠਾ ਹੈ ਇਹਦਾ ਬਾਪ ਤੁਹਾਨੂੰ ਬੜਾ ਪਸੰਦ ਆਇਆ ਸੀ ਅੱਜ ਬਿਲਕੁਲ ਬਿਲਕੁਲ ਸ਼ਰ ਇਹ ਇਨਸ਼ਾਅੱਲਾ ਗਰਮੀ 'ਚ ਅੱਲਾਹ ਪਾ ਖੈਰ ਰੱਖੇ ਬਹੁਤ ਅੱਲਾ ਜੀ ਦੇਖੋ ਦੋਸਤੋ ਪਰ ਮਾਸ਼ਾਅੱਲਾ ਬਹੁਤ ਅੱਲਾ ਹਾਂਜੀ ਰਹਿਮਾਨ ਉੱਲਾ ਬਾਈ ਜੀ ਬਿਲਕੁਲ ਜੀ ਬਿਲਕੁਲ ਉਸਤਾਦ ਮਿੱਠੂ ਲਾਲੀ ਜ਼ਿੰਦਾਬਾਦ ਜੀ ਜ਼ਿੰਦਾਬਾਦ ਕਿਉਂ ਨਹੀਂ ਜ਼ਿੰਦਾਬਾਦ ਜੀ ਲਵ ਯੂ ਜੀ ਲਵ ਯੂ ਉਹ ਭਾਈ ਨੇ ਵੱਡੇ ਸਾਡਾ ਭਾਈ ਆਈਡੀਆ ਨੇ ਹਾਰ ਜਾਂ ਤੇ ਬੜੀ ਇਹ ਕੋਈ ਗੱਲ ਨਹੀਂ ਤੇ ਜਿਹੜਾ ਨਾ ਹਾਰ ਜਾਣਾ ਮੈਦਾਨ ਵਿੱਚ ਰਹਿਣਾ ਪਲੇਰੀ ਨਹੀਂ ਦੋਸਤ ਇੱਕ ਨੇ ਮੈਂ ਉਹਨਾਂ ਦਾ ਸ਼ਾਗਿਰਦ ਰਹਿਮਾਨ ਉੱਲਾ ਬਾਈ ਉਹ ਕਹ ਰਹੇ ਨੇ ਉਸਤਾਦ ਮਿੱਠੂ ਲਾਲੀ ਜ਼ਿੰਦਾਬਾਦ ਮੈਂ ਵੀ ਕਹ ਰਿਹਾ ਬਿਲਕੁਲ ਯਾਰ ਭਾਈ ਹੈ ਵੱਡਾ ਸਾਡਾ ਜ਼ਿੰਦਾਬਾਦ ਵੀ ਆ ਖੁਸ਼ ਮਾਸ਼ਾਅੱਲਾ ਭਾਈ ਹੈ ਤੇ ਉੱਚਾ ਪਲੇਰ ਹੈ ਪੂਰਾ ਲਵ ਯੂ ਹੈ ਆਪਣਾ ਉਹਦੇ ਨਾਲ ਇਹ ਵੀ ਡੱਬਲ ਆ ਜਿਹੜੇ ਕਬੂਤਰ ਬੜਾ ਤੁਹਾਨੂੰ ਦਿਖਾਇਆ ਸੀ ਨਾ ਇਹ ਕਬੂਤਰ ਇਨਸ਼ਾਅੱਲਾ ਗਰਮੀ 'ਚ ਅੱਛਾ ਮਜ਼ਾ ਦੇਣਗੇ ਇੱਕ ਦੋ ਸਾਲੇ ਹੋ ਗਏ ਨੇ ਹੁਣ ਇਨਸ਼ਾਅੱਲਾ ਨਾ ਤੀਸਰੀ ਪਟਾਈ 'ਚ ਉੱਥੇ ਜਾਣਾ ਕਿਆ ਬਾਤ ਕਿਆ ਬਾਤ ਹੈ ਜੀ ਬਹੁਤ ਜੀ ਲਵ ਯੂ ਵੀ ਆਉਂਦੇ ਨਾਲ ਅਸੀਂ ਆਉਂਦੇ ਚਾਰੇ ਸੀਜ਼ਨ ਸ਼ੌਕ ਕਰਨ ਆਹੋ ਦੇਖੋ ਸ਼ੌਕ ਜੇ ਕਰਨਗੇ ਤਾਂ ਕਰਨਗੇ ਕਿਉਂ ਨਹੀਂ ਉਹ ਬੜੇ ਅੱਛੇ ਪਲੇਅਰ ਨੇ ਉਹ ਸ਼ੌਕ ਕਰਨਗੇ ਜੇ ਸਾਰੇ ਕੀਤਾ ਤਾਂ ਕਰਨਗੇ ਤੁਹਾਡਾ ਸੀਜ਼ਨ ਮੇਰਾ ਪੈਗਾਮ ਹੈ ਤੁਹਾਡੇ ਤੋਂ ਸਰ ਚਾਰੇ ਸੀਜ਼ਨ ਉਸਤਾਦਾਂ ਤੋਂ ਲੱਗ ਕੇ ਥੱਲੇ ਤੱਕ ਸਾਰਿਆਂ ਨਾਲ ਸ਼ੌਕ ਹੁੰਦਾ ਲੇਕਿਨ ਹੁੰਦਾ ਚਾਰੇ ਸੀਜ਼ਨ ਹੈ ਪਿਆਰ ਮੁਹੱਬਤ ਦਾ ਲਵ ਯੂ ਬਿਲਕੁਲ ਸ਼ੌਕ ਹੋਣਾ ਵੀ ਪਿਆਰ ਮੁਹੱਬਤ ਦਾ ਚਾਹੀਦਾ ਅਗਲੇ ਸੀਜ਼ਨ ਦਾ ਅਗਰ ਆਖਣ ਨਾ ਕਿ ਜਿਹੜੇ ਜੇਠ ਆ ਗਿਆ ਅਸਾਂ ਚੈਲੰਜ ਕਰਾਣਾ ਨੇ ਅਸਾਂ ਭਰਾਵਾ ਹਰ ਸੀਜ਼ਨ ਵਿੱਚ ਚੈਲੰਜ ਪਾਣਾ ਕਰਨਾ ਕਿ ਲਵ ਯੂ ਕਰੋ ਫੜਨਾ ਸਹੀ ਅੱਛੀ ਗੱਲ ਹੈ ਬਿਲਕੁਲ ਸ਼ੌਕ ਹੋਣਾ ਚਾਹੀਦਾ ਤੁਸੀਂ ਇਹ ਮਾਸ਼ਾਅੱਲਾ ਜੇਠ ਦੀ ਟੀਮ ਜੇਠ ਦਾ ਵੀ ਕਹਿਣਗੇ ਨਾ ਤੇ ਸਾਡੇ ਨਾਲ ਦੂਸਰੇ ਸੀਜ਼ਨ ਲੈ ਕੇ ਆਉਂਦੇ ਕਰਨ ਕੋਈ ਮਸਲਾ ਨਹੀਂ ਬਰਬਾਦੀ ਗੇਮ ਤਾਂ ਪੰਜਾਬ ਉੱਡਦਾ ਚਾਰੇ ਸੀਜ਼ਨ ਅਸੀਂ ਚਾਰੇ ਸੀਜ਼ਨ ਅਲਹਮਦੁਲਿਲਾ ਖੇਡਨੇ ਆ ਸਾਡੇ ਨਾਲ ਫਿਰ ਜਿਹਨੇ ਸ਼ੌਕ ਕਰਨਾ ਫਿਰ ਚਮਾ ਸੀਜ਼ਨਾਂ ਦਾ ਕਰੇ ਲਓ ਜੀ ਇਹ ਅੱਜ ਜੇ ਕਬੂਤਰ ਅੱਜ ਵਾਪਸ ਆਇਆ ਅਰਸ਼ਦ ਬਾਈ ਛੇੜੀ ਮਾਰੀ ਇਹ ਕਬੂਤਰ ਸੁੱਟ ਰਹੇ ਨੇ ਅੰਦਰ ਅੱਜ ਆ ਗਿਆ ਹੁਣ ਨਹੀਂ ਕਿਤੇ ਜਾਂਦਾ ਲਓ ਜੀ ਫੜਿਆ ਗਿਆ ਇਹ ਦੋਸਤ ਤੇ ਬਾਪ ਸਾਰੇ ਮਾਸ਼ਾਅੱਲਾ ਸ਼ਾਗਿਰਦ ਭਾਈ ਨੇ ਇਹ ਸਾਡੇ ਦੋਸਤ ਭਾਈ ਸਾਨੂੰ ਆਪਣੇ ਫੈਸਲਾ ਬਾਤ ਦੇ ਨੇ ਜੀ ਉਸਤਾਦ ਜੀ ਕੀ ਹਾਲ ਨੇ ਠੀਕ ਹੋ ਕਰੀਏ ਤੁਸੀਂ ਅੱਜ ਖੈਰ ਇੱਧਰ ਇਤਫਾਕ ਨਾਲ ਕੇ ਬੈਠੇ ਹੋ ਕੀ ਗੱਲ ਆ ਬਾਜੀ ਅਸਗਰ ਭਾਈ ਦੀ ਮੁਹੱਬਤ ਚਾਹਤ ਖਿੱਚ ਲਈ ਸਾਨੂੰ ਫੈਸਲਾਬਾਦ ਵਿੱਚ ਕੀ ਬਾਤ ਹੈ ਜੀ ਜੀ ਸਪੈਸ਼ਲ ਆਏ ਨੇ ਸਾਡੇ ਜੋ ਵਾਸਤੇ ਮਿੱਠਾਈ ਲੈ ਕੇ ਇਹਨਾਂ ਦਾ ਸ਼ੌਕ ਦੇਖਦੇ ਸੀ ਤੇ ਅਸੀਂ ਨੇ ਰਿਕੁਐਸਟ ਕੀਤੀ ਕਹਿੰਦੇ ਆਓ ਮੋਸਟ ਵੈਲਕਮ ਤੁਹਾਨੂੰ ਲਾਈਵ ਸ਼ੋਅ ਦਿਖਾਣੇ ਬੜੀ ਗੱਲ ਆ ਜੀ ਬਲੀ ਆ ਇਸ ਗੱਲੋਂ ਗਰੇ ਰਾਤ ਨਹੀਂ ਅਸੀਂ ਤੁਹਾਡੀ ਵੀ ਜ਼ਿਆਰਤ ਹੋ ਗਈ ਸਰ ਤੁਸੀਂ ਭਾਈਓ ਵੱਡੇ ਵੈਲਕਮ ਬੜੀ ਖੁਸ਼ੀ ਹੈ ਤੁਹਾਨੂੰ ਦੇਖ ਕੇ ਇਹ ਮਾਸ਼ਾਅੱਲਾ ਗੁਲਾਮਾਬਾਦ ਚ ਬੜੇ ਅੱਛੇ ਪਲੇਅਰ ਨੇ ਜੀ ਉਹ ਬੜੇ ਅੱਛੇ ਕੱਪ ਜਿੱਤੇ ਨੇ ਬੜੇ ਅੱਛੇ ਕਬੂਤਰ ਉਡਾਉਂਦੇ ਨੇ ਔਰ ਗੁਲਾਮਾਬਾਦ ਫੈਸਲਾਬਾਦ ਦੀ ਯੂਨੀਵਰਸਿਟੀ ਹੈ ਮੇਰੇ ਖਿਆਲ ਕਬੂਤਰਬਾਜ਼ੀ ਦੇ ਜੀ ਉੱਥੇ ਗਜਾਣਾ ਉਡਾਉਣਾ ਬੜੀ ਵੱਡੀ ਫਨਕਾਰੀ ਜੀ ਲਓ ਦੋਸਤੋ ਇਨਸ਼ਾਅੱਲਾ ਬਕਾਇਦਾ ਪ੍ਰੋਗਰਾਮ ਸ਼ੁਰੂ ਹੁੰਦਾ ਫਿਰ ਦੁਬਾਰਾ ਅੰਨਿਆ ਲਾਈਵ ਅੱਲਾਹ ਹਾਫਿਜ਼